ਤੁਸੀਂ ਵੇਖ ਰਹੇ ਹੋ ਪੰਜਾਬੀ ਸਾਇੰਸ ਟੀ ਵੀ ਚੈਨਲ, ਮੈਂ ਹਾਂ ਜਗਜੀਤ ਬਾਰੂ ਸਿੰਘ ਸੱਗੂ। ਸਾਥੀਓ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ 2022 ਜਿਹੜੀਆਂ 22 ਦੀਆਂ ਚੋਣਾਂ ਨੇ ਜਿਉਂ ਜਿਉਂ ਨਜ਼ਦੀਕ ਆ ਰਹੀਆਂ ਨੇ, ਤਿਉਂ ਤਿਉਂ ਹੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੱਖੋ ਵੱਖੋ ਧੜਿਆਂ ਦੀਆਂ ਪਾਰਟੀਆਂ ਨੇ, ਉਹ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਉਹ ਬੜੀਆਂ ਐਕਟਿਵ ਹੋ ਰਹੀਆਂ ਨੇ ਅਤੇ ਬੜੀ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਪੈਰਵਾਈ ਕਰ ਰਹੀਆਂ ਨੇ। ਸੋ ਬੀਤੇ ਦਿਨ ਦੇ ਮੈਂ ਇੱਕ ਤੁਹਾਨੂੰ ਖਬਰ ਦਿਖਾਉਂਦਾ ਹਾਂ। ਰਾਜਾ ਬੜਿੰਗ ਜੀ, ਜੋ ਕਾਂਗਰਸ ਦੇ ਇੱਕ ਲੀਡਰ ਨੇ, ਉਹ ਮੰਤਰੀ ਬਣਨ ਤੋਂ ਬਾਅਦ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਦਾ ਜਿਹੜਾ ਦੌਰਾ ਕਰਨ ਚਲੇ ਗਏ, ਅਤੇ ਲੋਕਾਂ ਨਾਲ ਉਹਨਾਂ ਦੀ ਕੀ ਵਿਚਾਰਤਾ ਹੋਈ, ਕੀ ਵਾਰਤਾਲਾਪ ਹੋਈ, ਲੋਕਾਂ ਨੇ ਉਹਨਾਂ ਤੋਂ ਕੀ ਮੰਗਾਂ ਮੰਨੀਆਂ, ਸੋ ਆਓ ਤੁਹਾਨੂੰ ਵਿਖਾਉਂਦੇ ਹਾਂ ਪੰਜਾਬੀ ਸਾਂਝ ਟੀ ਵੀ ਜ਼ਰੀਏ ਰਾਹੀਂ ਇਹ ਰਿਪੋਰਟ। ਮਾੜੇ ਖੁੱਲੇ ਖੁੱਲੇ ਹੋ ਜਾਓ, ਇਕੱਠੇ ਹੀ ਹੋਵੇ ਤੁਸੀਂ ਬਹੁਤ ਸਿਆਣੇ, ਇੱਕ ਕੰਮ ਗਲਤ ਹੋ ਰਿਹਾ। ਕਈ ਮੇਰੇ ਸੱਜਣ, ਮੇਰੇ ਭਰਾ ਤੇ ਜਾਂ ਸਾਡੇ ਨਾਲ ਹੁੰਦੇ ਆ ਬਣਾਉਣ ਵਾਲੇ, ਆਪਣੇ ਟੌਰ ਦੇ ਮਾਰੇ, ਆਪਣੇ ਟੌਰ ਦੇ ਮਾਰੇ ਅਗਲੇ ਨੂੰ ਅਵਾ ਤਵਾ ਤੇ ਜਾਣ ਬੁੱਝ ਕੇ ਉਹ ਜਾ ਸਵਾਲ। ਇੱਕ ਮਿੰਟ ਸੁਣ ਲਓ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਕੀਤਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ। ਉਹ ਜਾਣ ਕੇ ਵੀ 5 ਮਿੰਟ ਸਾਡੀ ਵੀਡੀਓ ਚੱਲੂ ਵੀ ਅਸੀਂ ਫੱਟੇ ਤੱਕ, ਪਰ ਉਹਦੇ ਨਾਲ ਸਾਡੇ ਇੱਥੇ ਵਿਰਾੜ ਆ ਗਈ। ਤੁਸੀਂ ਉੱਥੋਂ ਚੱਲ ਕੇ ਆਇਆ, ਤੁਸੀਂ ਮੈਨੂੰ ਮੈਨੂੰ ਪਤਾ ਸੀ ਮੇਰੇ ਭਰਾ ਕਿਹੜੇ, ਮੇਰਾ ਫਰਜ਼ ਬਣ ਗਿਆ। ਮੈਂ ਪੁਲਿਸ ਨੂੰ ਕਿਹਾ ਵੀ ਪਾਸ ਵਿੱਚ ਕੋਈ ਨਹੀਂ, ਜੇ ਕੋਈ ਡਾਂਗ ਮਾਰ ਲੂਗਾ ਤਾਂ ਵੀ ਕੋਈ ਜਿਹੜੀ ਸੁਣਦੀ ਦੀ ਗੱਲ ਨਹੀਂ, ਆਪਾਂ ਇਹ ਗੱਲ ਨਾ ਕਰੀਏ। ਬਿਲਕੁਲ ਤੁਹਾਡੇ ਮਸਲਾ ਜਾਏਗਾ, ਤੁਸੀਂ ਮਾਰੀ ਗਿਆ, ਪਰ ਜੇ ਕਿਤੇ ਦਵਾਈ ਦੀ ਲੋੜ ਹੈ ਵੈਸੀ ਇਹ ਨਹੀਂ ਸਰ ਜੀ, ਜਿਹੜੇ ਹੁਣ ਪਿੰਡੇ 'ਚ ਸੁਣਦੀ, ਇੱਕ ਬੇਨਤੀ ਹੈ, ਮੰਨ ਲਓ ਵੀ ਜਿਹੜੀ ਪਿੰਡੇ ਦੇ ਵਿੱਚ ਸੁਣਦੀ ਹੈ, ਜਿਹੜੀ ਆਪਣੇ ਫੁੱਲ 'ਚ ਹੋਊਗੀ ਉਹ ਤਾਂ ਮੰਨ ਲਓ ਵੀ ਆਪਾਂ ਸਪਰੇਅ ਕਰਤੀ, ਫੁੱਲ ਤਾਂ ਤਕਰੀਬਨ ਉਸ ਤੋਂ ਖਤਮ ਹੈ। ਜਿਹੜੀ ਪਿੰਡੇ ਦੇ ਵਿੱਚ ਦਰਜਾ, ਜਿਹੜੀ ਪਿੰਡੇ ਦੇ ਵਿੱਚ ਸੁਣਦੀ ਹੈ, ਉਹਦੇ ਉੱਤੇ ਸਪਰੇਅ ਆਪਣੀ ਕੰਮ ਕਰੂਗੀ ਨਹੀਂ ਕਰੂਗੀ, ਬੇਨਤੀ ਹੈ। ਇੱਕ ਮੇਨ ਗੱਲ ਇਹ ਆ, ਪਤਾ ਕੀ ਹੋਇਆ, ਇਹ ਮੈਨੂੰ ਕਿਸੇ ਨੇ ਵੈਸੇ ਐਗਰੀਕਲਚਰ ਵਾਲੇ ਨੇ ਦੱਸਿਆ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ, ਜੇ ਉਦੋਂ ਮੌਕੇ 'ਤੇ ਪਤਾ ਲੱਗ ਜਾਂਦਾ ਕਿ ਉਹ ਦਵਾਈ ਬਹੁਤ ਅਸਰ ਉੱਤੇ ਕੰਮ ਕਰ ਜਾਣੀ ਸੀ, ਇਹ ਹੁਣ ਜਦੋਂ ਟਿੰਡੇ 'ਚ ਵੜ ਗਈ। ਕਿਸਾਨ ਬੈਠੇ ਆ, ਦੋ ਦੋ ਕਿੰਨਿਆਂ ਦੇ ਕਿਸਾਨ ਬੈਠੇ ਆ, ਬਾਬੇ ਸਾਹਿਬ ਕੈਪਟਨ ਸਾਹਿਬ ਨੇ ਕਰਿਆ ਸੀਗਾ ਵੀ ਮੈਂ ਸਾਰਿਆਂ ਦਾ ਕਰਜ਼ਾ ਮਾਫ਼ ਕਰੂੰਗਾ, ਚੱਲ ਬਾਅਦ 'ਚ 2-2 ਲੱਖ ਰੁਪਇਆ ਇਹ ਬੋਲਿਆ ਵੀ 2-2 ਲੱਖ ਰੁਪਇਆ ਹੋਊਗਾ। ਆਹ ਲਾਡੀ ਸਾਹਿਬ ਕੋਲ ਅਸੀਂ 5 ਵਾਰੀ ਜਾ ਕੇ ਆਏ ਜੀ, ਸਾਡਾ ਕੋਈ ਸਾਨੂੰ ਸਹੂਲਤ ਨਹੀਂ ਮਿਲੀ, ਕੋਈ ਸਾਡਾ ਕਰਜ਼ਾ ਮਾਫ਼ ਨਹੀਂ ਹੋਇਆ ਜੀ, ਇਹਨਾਂ ਨੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਜੀ। ਅੱਜ ਹਜੇ ਮੰਡੀ 'ਚ ਦਾਣੇ ਪਤਾ ਨਹੀਂ ਕਿੱਦੇ ਆਉਣਗੇ, ਅੱਜ ਤੁਸੀਂ ਆ ਕੇ ਉਸ ਦਿਨ ਤੁਸੀਂ ਆਉਣਾ। 500 ਬੰਦਾ, 600 ਬੰਦਾ ਕਿਸਾਨ ਆਪਣਾ ਦਿੱਲੀ ਦੇ ਵਿੱਚ ਮਰ ਗਿਆ, ਉਹਦਾ ਕੋਈ ਤੁਸੀਂ ਬਣਾ ਨਹੀਂ ਰਹੇ ਕੁਛ, ਸਾਡੀ ਕੋਈ ਸਾਰ ਨਹੀਂ ਕਹਿੰਦਾ ਜੀ।